ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਟੀਪੂ ਰਾਂਝੇ ਦੀ ਬੈਠਕ ਹੋਈ ਸਾਰੇ ਭਰਾਵਾਂ ਦਾ 72 ਨਿਊਜ਼ 'ਤੇ ਵੈਲਕਮ ਅਤੇ ਹਮੇਸ਼ਾ ਦੀ ਤਰ੍ਹਾਂ ਮੈਂ ਅੱਜ ਮੁੜ ਆਪਣੇ ਬੜੇ ਖਾਸ ਮਹਿਮਾਨ ਲੈ ਕੇ ਆਇਆ। ਅੱਜ ਦਾ ਮੇਰਾ ਟੋਪਿਕ ਬੜਾ ਅਹਿਮ ਹੈ, ਬੜਾ ਖਾਸ ਹੈ ਕਿ ਜਿਉਂ ਜਿਉਂ ਬੰਦਿਆਂ ਕੋਲ ਪੈਸਾ ਔਰ ਗੁੰਜਾਇਸ਼ ਵਧੀ ਹੈ ਅਤੇ ਗਰੁੱਪਿਜ਼ਮ ਦਾ ਨਾ ਬੜਾ ਸਾਡੇ ਇਲਾਕੇ ਵਿੱਚ ਪੰਜਾਬ ਵਿੱਚ ਇੱਕ ਕਲਚਰ ਚੱਲ ਪਿਆ। ਅੱਛੀ ਗੱਲ ਹੈ, ਗਰੁੱਪ ਬਣਨੇ ਚਾਹੀਦੇ ਨੇ। ਇਹ ਮਤਲਬ ਪਾਕਿਸਤਾਨ ਬਣਨੇ ਤੋਂ ਪਹਿਲਾਂ ਵੀ ਸਟੂਡੈਂਟਸ ਗਰੁੱਪਸ ਔਰ ਇਹਨਾਂ ਦੀ ਬੜੀ ਅਹਿਮੀਅਤ ਹੈ ਔਰ ਇਹਨਾਂ ਬੜਾ ਕਿਰਦਾਰ ਅਦਾ ਕੀਤਾ ਆਜ਼ਾਦੀ ਵਿੱਚ। ਲੇਕਿਨ ਥੋੜ੍ਹਾ ਕੰਮ ਇਹ ਖਰਾਬ ਹੋ ਗਿਆ ਵਾ, ਹੌਲੀ ਹੌਲੀ ਇਹਦੇ ਵਿੱਚ ਬਦਮਾਸ਼ੀ ਲੈਣ, ਮਾਰਨ ਮਰਾਣ, ਕਤਲੋ ਗਾਰਤ ਅਤੇ ਬੜੇ ਗਲਤ ਤਰ੍ਹਾਂ ਦੇ ਟ੍ਰੈਂਡ ਜਿਹੜੇ ਨਾ ਉਹ ਚੱਲ ਪਏ ਨੇ ਔਰ ਮਤਲਬ ਜ਼ੁਲਮ ਕਰਨ ਲੱਗ ਪਏ ਨੇ। ਮੈਂ ਖੁੱਲ੍ਹਿਆਂ ਲਫ਼ਜ਼ਾਂ 'ਚ ਕਹਾਂ, ਅੱਜ ਦੇ ਮੇਰੇ ਮਹਿਮਾਨ ਬੜੇ ਖਾਸ ਨੇ, ਬੜਾ ਵੱਡਾ ਉਹਨਾਂ ਦਾ ਗਰੁੱਪ ਹੈ, ਬੜੇ ਐਕਟਿਵ ਨੇ ਔਰ ਮੇਰੇ ਇਲਾਕੇ ਮੰਡੀ ਬਹੁਦੀਨ ਤੋਂ ਨੇ ਔਰ ਖਾਸ ਬੜੀ ਫੈਮਿਲੀ ਨਾਲ ਤਲਕ ਰੱਖਦੇ ਨੇ। ਬੜੀ ਮਸ਼ਹੂਰੋ ਮਾਰੂਫ ਛਿੰਮੋ ਦੀ ਫੈਮਿਲੀ ਨੇ ਬਾਬੇ ਸਹੀ ਕੇ, ਅਤੇ ਉਹਨਾਂ ਦੇ ਦਾਦੇ ਪੜਦਾਦੇ ਅੱਗੋਂ ਨਾਨੇ ਅੱਗੋਂ ਸਾਰੇ ਅੱਗਾਂ ਤੋੜ ਮਾਮੇ ਚਾਚੇ ਸਾਰੇ ਪੋਲੀਟਿਕਸ 'ਚੋਂ ਨੇ, ਸਾਬਕਾ ਐਮ ਪੀ ਏ ਨੇ, ਐਮ ਐਲ ਏ ਨੇ, ਬੜੀਆਂ ਬੜੀਆਂ ਸੀਟਾਂ ਉਹਨਾਂ ਕੋਲ ਰਹੀਆਂ। ਆਪ ਬੜੇ ਹੀ ਮਿਲਨਸਾਰ ਉਨਿਆਰ, ਬੜੇ ਖੁਸ਼ ਅਖਲਾਕ ਔਰ ਮੇਰੇ ਬੜੇ ਅੱਛੇ ਦੋਸਤ ਜਨਾਬ ਅਹਿਮਦ ਸ਼ਹਿਰਯਾਰ ਗੋਂਦਲ ਸਾਹਿਬ ਅੱਜ ਮੇਰੇ ਨਾਲ ਨੇ। ਸ਼ਹਿਰਯਾਰ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਸਰ, ਸੁਣਾਓ ਕੀ ਹਾਲ ਹੈ, ਤਬੀਸ਼ ਵੇ ਠੀਕ ਹੈ? ਠੀਕ, ਅੱਲਾ ਪਾਕ ਦਾ ਬੜਾ ਸ਼ੁਕਰ ਹੈ ਤੇ ਪਹਿਲੋਂ ਤੇ ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਮੇਰੇ ਪ੍ਰੋਗਰਾਮ ਤੇ ਤਸ਼ਰੀਫ ਲਾਏ ਨੇ ਸਰ। ਤੇ ਗੋਂਦਲ ਸਾਹਿਬ ਗੱਲਾਂ ਢੇਰ ਨੇ ਬਾ, ਮੈਂ ਕਿੱਥੋਂ ਸ਼ੁਰੂ ਕਰਾਂ, ਪਰ ਗਰੁੱਪਾਂ ਵਾਲੀਆਂ ਗੱਲਾਂ ਸ਼ੁਰੂ ਕਰਨ ਤੋਂ ਆਪਣਾ ਇੱਕ ਵਾਰੀ ਖੁੱਲ ਕੇ ਫੈਮਿਲੀ ਬੈਕਗ੍ਰਾਉਂਡ ਤੇ ਆਪਣਾ ਤਾਰਾ ਤੁਸੀਂ ਆਪ ਕਰਾਓ। ਤਾਰਾ ਸਰ ਜੀ, ਕਿਹੜਾ ਆਪਣੇ ਬੰਦੇ ਦਾ ਇਸ ਉਮਰ 'ਚ ਹੁੰਦਾ ਹੈ, ਸ਼ੁਰੂ ਵੜਕਿਆਂ ਤੋਂ ਹੀ ਹੁੰਦਾ ਹੈ। ਬੁੱਟੋ ਵਾਲਾ ਮਸਲਾ ਬਣਿਆ ਤੇ ਉਹ ਥੋੜੇ ਟਾਈਮ ਹੀ ਐਮ ਐਲ ਏ ਰਹੇ ਤੇ ਖੈਰ ਮੋਹਨ ਖਤਮ ਹੋ ਗਈ ਸੀਟ। ਠੀਕ ਹੈ, ਉਸ ਤੋਂ ਬਾਅਦ ਹਲਕੇ ਦੀ ਆਵਾਮ ਵਾਸਤੇ ਕੰਮ, ਫਲਾਈ ਮਜ਼ਦੂਰ ਵਾਲਾ ਕੰਮ, ਹਰ ਕਿਸਮ ਦੇ ਕੰਮ ਜਿਹੜੇ ਹੁੰਦੇ ਨੇ, ਪੋਲੀਟੀਸ਼ਨ ਦਾ ਹੱਕ ਹੁੰਦਾ ਹੈ, ਫਰਜ਼ ਹੁੰਦਾ ਹੈ, ਉਹਦਾ ਦੇਣ ਕਿਸੇ ਬੰਦੇ ਉੱਤੇ ਕੋਈ ਨਹੀਂ ਹੁੰਦਾ ਉਹਦਾ। ਬੜੀ ਗੱਲ ਹੈ ਗੋਂਦਲ ਸਾਹਿਬ, ਦੁਆਵਾਂ ਮੇਰੀਆਂ ਕਿ ਤੁਹਾਡੇ ਜੀ ਅੱਛਾ ਪੜ੍ਹਿਆ ਲਿਖਿਆ ਨਿਆਰ ਬੰਦਾ ਫਿਊਚਰ ਚ ਸਾਡੇ ਜਵਾਨਾਂ ਲੀਡ ਕਰੇ। ਅੱਛਾ, ਅੱਜ ਦਾ ਟਾਪਿਕ ਜਨਾਬ ਮੈਂ ਲੈ ਕੇ ਹੁਣ ਤੁਹਾਨੂੰ ਅੱਗੇ ਪਤਾ ਹੈ ਗਰੁੱਪਾਂ ਦੇ ਬਾਰੇ ਵਿੱਚ ਆਇਆ ਤੇ ਤੁਹਾਡਾ ਆਪਣਾ ਬੜਾ ਗਰੁੱਪ ਹੈ, ਪਰ ਗੋਂਦਲ ਸਾਹਿਬ ਗਰੁੱਪਾਂ ਦੀ ਡਿਟੇਲ ਚ ਆਉਣੇ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਾਂ, ਤੁਸੀਂ ਮੈਨੇ ਦੇ ਤੇ ਰੋਸ਼ਨੀ ਪਾਓ। ਮੈਂ ਆਪਣੇ ਤਜਰਬੇ ਵਿੱਚ, ਸਾਡਾ ਵੀ ਗਰੁੱਪ ਆਏ ਕਾਲਜ ਟਾਈਮ ਤੇ, ਉਹਨਾਂ ਦੀ ਵੇਖਿਆ ਭਾਈ, ਅੱਜ ਕੱਲ ਬਾਹਰ ਨਾ ਪੈਸਾ ਸ਼ੈਸਾ ਚੰਗਾ, ਗੱਡੀ ਵੀ ਆ ਜਾਂਦੀ, ਇੱਕ ਅੱਧਾ ਪਸਤਰੋੜਾ ਵੀ ਜਲ ਜਾਂਦਾ ਤੇ ਲੇਡੀਆਂ ਲੈ ਕੇ ਚੰਗੇ ਹੋਟਲ ਤੇ ਬੈਠਾ, ਰੋਟੀ ਖਵਾਈ ਸਾਰੇ, ਜੇ ਤੁਹਾਡਾ ਚੰਗਾ ਵੇਲਾ ਹੈ, ਹਰ ਬੰਦਾ ਤੁਹਾਡਾ ਵੇਲੀ ਹੈ ਤੇ ਚੌਧਰੀ ਚੱਲਦਾ। ਪਰ ਜੇ ਤੁਸੀਂ ਫਸ ਜਾਂਦੇ ਹੋ ਕੱਚੇ ਬਖੇੜੇ ਵਿੱਚ, ਜੇ ਤੁਹਾਨੂੰ ਕਤਲ ਹੋ ਜਾਂਦਾ ਹੈ ਜਾਂ ਤੁਹਾਡਾ ਆਪਣਾ ਜਾਂ ਤੁਸੀਂ ਕਰ ਛੱਡਦੇ ਹੋ, ਮੋਰ ਭਾਈ ਇਹ ਬੇਲੀ ਇਹ ਸੰਗੀ ਜਿਹੜਿਆਂ ਨਾਲ ਉੱਡਦੇ ਨੇ, ਜਾਂਦੇ ਤਰੀਕਾਂ ਤੇ ਵੀ ਕੋਈ ਨਹੀਂ, ਕੋਈ ਇਹ ਵਾਰਸ ਨਹੀਂ ਬਣਦੇ। ਬਿਲਕੁਲ, ਇਹ ਕਿਤਨੀ ਗੱਲ ਸੱਚੀ ਮੇਰੀ ਜਰਾ ਦੱਸੋ। ਨਹੀਂ ਸਰ, ਇਹ ਬਿਲਕੁਲ 110% ਗੱਲ ਸੱਚੀ ਹੈ। ਇਹ ਕਿਸੇ ਨੂੰ ਫੈਰ ਮਾਰ ਛੱਡਣਾ, ਕਿਸੇ ਨੂੰ ਝੰਡਾ ਮਾਰ ਛੱਡਣੀਆਂ, ਕਿਸੇ ਨੂੰ ਦਮੁੱਖ ਮਾਰ ਛੱਡਣਾ, ਇਹ ਵਡਿਆਈ ਨਹੀਂ ਹੁੰਦੀ, ਨਾ ਬਦਮਾਸ਼ੀ ਹੁੰਦੀ। ਬਦਮਾਸ਼ੀ ਜਾਂ ਵਡਿਆਈ ਜਾਂ ਤੁਹਾਡੀ ਜਿਹੜੀ ਵੀ ਤਾਕਤ ਹੈ, ਪਾਵਰ ਹੈ, ਉਹ ਪਰਚੇ ਤੇ ਪਤਾ ਲੱਗਦੀ ਤੁਹਾਡੀ। ਕਿ ਤੁਸੀਂ ਕਚਹਿਰੀ ਜਾਂਦੇ ਹੋ, ਪਰਚਾ ਚੱਲਦੇ ਹੋ, ਪਰਚਾ ਚੱਲਣ ਦਾ ਤਰੀਕਾ ਕੀ ਹੈ? ਫੈਰ ਮਾਰਨ ਦਾ ਕਿਹੜਾ, ਕਿਸੇ ਨੇ ਗਾਲ ਕੱਢੀ, ਕੋ ਬੰਦਾ ਕੌੜ ਕਰ ਗਿਆ ਤੇ ਉਸ ਫੈਰ ਕੱਢ ਮਾਰਿਆ, ਫੈਰ ਕੱਢ ਮਾਰਨ ਤੇ ਜਣਿਆ ਹੀ ਨਹੀਂ ਨਾ, ਉਸ ਤੋਂ ਬਾਅਦ ਜਲਣਾ ਪਤਾ ਲੱਗਦਾ ਕਿ ਬਾਹਰ ਕਿਹੜਾ ਜਣਾ ਹੈ, ਕੀ ਤਰੀਕੇ ਕਾਰ ਹੈ ਇਹਦਾ। ਤੇ ਉਹ ਮੁੜ ਕੱਲੀ ਹੀ ਜਲਣਾ ਗੋਲਾ ਸਾਹਿਬ, ਉਹ ਉੱਥੇ ਕਰਮਾ ਰਿਹਾ, ਉੱਥੇ ਕਿਹੜਾ ਬੰਦਾ ਆਉਂਦਾ, ਉਹ ਜਿਹੜਾ ਨਾਲ ਹੁੰਦਾ ਸਾਰਾ ਟਾਈਮ, ਉਹ ਵੀ ਜਾਂਦਾ ਕਿ ਯਾਰ ਮੈਂ ਇਸ ਟਾਈਮ ਕੋਈ ਨਾ, ਮੇਰਾ ਕੀ ਕਸੂਰ, ਤੂੰ ਕੀਤਾ ਜੋ ਕੀਤਾ। ਮਤਲਬ ਸੋਚਣੇ ਦੀ ਤੇ ਗੱਲ ਹੈ, ਅਸਲ ਖੇਡ ਸ਼ੁਰੂ ਉਸ ਤੋਂ ਪਿੱਛੋਂ ਹੁੰਦੀ, ਜਿਹੜਾ ਪੰਗਾ ਪੈ ਜਾਂਦਾ ਹੈ ਤੇ ਮੋੜ ਸੱਕੇ ਲੱਗਦੇ ਤੇ ਸੱਕੇ ਸੰਗੀ ਵੀ ਮੋੜ ਭਿੜਦੇ ਨੇ ਬੰਦੇ ਨਾਲ, ਬਾ ਤੂੰ ਸਾਨੂੰ ਪਸਾ ਛੜਿਆ ਤੁਹਾਡੇ ਛੋਰੇ ਦੀ ਵਜ੍ਹਾ ਤੋਂ, ਅਸੀਂ ਆਪੇ ਫੋਕਸ ਆਪਣਾ ਜਿਹੜਾ ਘਰੋਂ ਟਾਰਗੇਟ ਲੈ ਕੇ ਨਿਕਲੇ ਹੋ ਉਹਦੇ ਤੇ ਰੱਖੋ, ਪੜ੍ਹਾਈ ਤੇ ਰੱਖੋ, ਬਦਮਾਸ਼ੀ ਲੈਣ ਜਿਹੜੀ ਇਹਦੇ ਕੋਈ ਫਾਇਦਾ ਨਹੀਂ। ਤੇ ਗੋਲ ਸਾਹਿਬ ਇਹ ਹੋ ਸਕਦਾ ਬਾ ਕਾਲਜ ਚੋਰਾਂ ਦੇ ਹੋ ਜਾਂ ਤੁਸੀਂ ਕਿਸੇ ਗਰੁੱਪ ਨਾਲ ਵੀ ਨਹੀਂ, ਆਪਣੀ ਪੜ੍ਹਾਈ ਤੇ ਨੇਰਾ ਫੋਕਸ ਰੱਖਦੇ ਹੋ ਤੇ ਤੁਹਾਨੂੰ ਮਾਰੇ ਵੀ ਕੋਈ ਨਾ, ਇਹਨੂੰ ਗੁਜ਼ਾਰਾ ਹੋ ਸਕਦਾ। ਕਈ ਆਉਂਦੇ ਨਹੀਂ ਨਹੀਂ ਗਰੁੱਪ ਤੋਂ ਬਿਨਾਂ, ਵਾਹ ਨਹੀਂ ਸਰ,
ਹੋ ਜਾਂਦਾ ਹੈ ਗੁਜ਼ਾਰਾ, ਕਿਉਂ ਨਹੀਂ ਹੁੰਦਾ? ਜੇ ਦੁਆਨੇ ਪਤਾ ਹੋਵੇ ਕਿ ਮੈਂ ਇੱਕ ਬਿਲਡਿੰਗ ਤੋਂ ਨਿਕਲ ਕੇ ਦੂਜੀ ਬਿਲਡਿੰਗ ਤੇ ਜਾਣਾ ਹੈ ਇੱਕ ਕਲਾਸ ਲੈਣ, ਤੇ ਉੱਥੋਂ ਖਤਮ ਹੋਣਾ ਤੇ ਆਪਣੇ ਹਾਸਟਲ ਜਾਣਾ ਇੱਕ ਕਲਾਸ ਲੈਣ, ਸੌਣ ਜਾਣਾ, ਠੀਕ ਹੈ, ਰੋਟੀ ਖਾਣੀ ਤੇ ਉੱਥੇ ਸਹਿ ਜਾਣਾ, ਉੱਥੇ ਪੜ੍ਹਨਾ, ਤੇ ਸੁਬਾਹ ਤੀਜੀ ਬਿਲਡਿੰਗ ਦੁਬਾਰਾ ਆ ਕੇ ਕਲਾਸ ਲੈਣੀ। ਜੇ ਤੁਸੀਂ ਤੁਹਾਡਾ ਸਿਰਫ ਜ਼ਿਹਨ ਇਸ ਪਾਸੇ ਰਵੇ ਨਾ, ਤੇ ਮੁੰਡ ਦੁਆਨ ਕਿਹੜਾ ਕਿਸੇ ਬੰਦੇ ਤੰਗ ਕਰਨਾ? ਘਰੋਂ ਬਦਮਾਸ਼ੀਆਂ ਕਰਨ ਗਏ ਨਹੀਂ ਅਸੀਂ ਇੱਥੇ, ਆਪਣੇ ਹਿੱਸੇ ਦਾ ਟੁੱਕਰ ਵੀ ਨਹੀਂ, ਬਿਲਕੁਲ ਆਖਣਾ ਸ਼ੁਰੂ ਕੀਤਾ ਕਿ ਮੇਰਾ ਭਰਾ ਜੇ ਤੇ ਘਰੋਂ ਪੜ੍ਹਨ ਆਇਆ ਨਾ, ਤੇ ਸਿੱਧਾ ਬਲਾਕ ਤੋਂ ਨਿਕਲ ਕੇ ਆਪਣੇ ਹਾਸਟਲ ਜਾਈ, ਇਹ ਗਰਾਊਂਡ ਵਾਲੀ ਸਾਡੇ ਕੋਈ ਨਾ ਆਈ, ਇੱਥੇ ਆਏਗਾ ਛੋਰਾਂ ਨਾਲ ਬਹੇਗਾ, ਤੇਰਾ ਵੀ ਦਿਲ ਕਰੇਗਾ ਅੱਜ 30 ਛੋਰ ਆਣ, ਕੱਲ 40 ਛੋਰ ਹੋਣੇ ਨੇ, 40 ਬੰਦੇ ਮੈਨੂੰ ਜਾਣਦੇ ਨੇ, ਕਿਆ ਬਾਤ ਹੈ, ਮੈਂ ਤੇ ਡੌਨ ਬੰਦਾ, ਬਿਲਕੁਲ ਉਹ ਬੰਦੇ ਦੀ ਲੱਤ ਜਿਸ ਟਾਈਮ ਉੱਥੇ ਫਿਸਲ ਜਾਏ ਨਾ, ਠੀਕ ਹੈ, ਮੁਣ ਕੱਖ ਵੀ ਨਹੀਂ ਰਹਿੰਦਾ ਬੰਦੇ ਦਾ। ਅੱਛਾ ਚਲੋ ਗੋਂਦਲ ਸਾਹਿਬ, ਹੁਣ ਥੋੜਾ ਜਿਹਾ ਆਪਣੇ ਇਲਾਕੇ ਆ ਲਾ ਜਾਈਏ, ਤੇ ਮੇਰੇ ਦੋ ਸਵਾਲ ਨੇ ਉਹਦਾ ਠੋ ਜਵਾਬ ਦਿਓ, ਹੁਣ ਇੱਕ ਸਪੀਚ ਵੀ ਕਰੀਏ। ਬਸ ਸਰ ਇੱਕ ਤੇ ਮੇਰੀ ਆਵਾਮ ਜਿਹੜੀ ਹੈ ਲਿਆਰੀ ਤੋਂ ਬਾਅਦ ਸਭ ਤੋਂ ਬਾਹਲਾ ਕਤਲੋ ਗਾਰਤ ਵੱਲ ਸਾਡਾ ਜ਼ਿਲ੍ਹਾ ਬਹੁਤ ਜਾ ਰਿਹਾ, ਤੁਸੀਂ ਹੁਣ ਮੇਨ ਜ਼ਿਲ੍ਹੇ ਦੇ ਬੰਦਿਆਂ ਵਿੱਚੋਂ ਇੱਕ ਹੋ, ਤੇ ਇਹਦਾ ਸੱਦੇ ਬਾਬ ਅਸੀਂ ਕਿਵੇਂ ਕਰ ਸਕਦੇ ਹਾਂ? ਤੇ ਦੂਜਾ ਸਰ ਜੀ ਸਵਾਲ ਨਾਲ ਇਹ ਮਤਲਬ ਹੁਣ ਹਰ ਬੰਦਾ ਚੌਧਰੀ ਹੈ, ਹਰ ਬੰਦੇ ਕੋਲ ਦਾਰਾ ਹੈ, ਗੱਡੀ ਹੈ, ਪੈਸਾ ਹੈ, ਸਾਡੇ ਜ਼ਿਲ੍ਹੇ 'ਚ ਮਾਸ਼ਾਅੱਲਾ ਅੱਲਾਹ ਦਾ ਬੜਾ ਕਰਮ ਹੈ, ਤੇ ਨਵੇਂ ਨਵੇਂ ਬੰਦੇ ਪੋਲੀਟਿਕਸ 'ਚੋਂ ਆ ਰਹੇ ਨੇ, ਅਰਸ਼ਦ ਤੇ ਜਿਹੜੇ ਅਗਲੇ ਪੁਰਾਣੇ ਬੰਦੇ ਨੇ ਖਾਨਦਾਨਾਂ ਤੋਂ ਆਪਣੇ ਲੱਗੇ ਹੁੰਦੇ, ਉਹ ਕਿਤਨਾ ਥ੍ਰੈਟ ਇਸ ਚੀਜ਼ ਨੂੰ ਫੀਲ ਕਰਦੇ ਨੇ, ਕਿਤਨਾ ਕੰਪੀਟੀਸ਼ਨ, ਔਰ ਕਿਆ ਤੁਹਾਨੂੰ ਮਤਲਬ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਬਾਕੀ ਕਿਉਂਕਿ ਉਸਰਾ ਕੰਪੀਟੀਸ਼ਨ ਦੇ ਤੁਹਾਡਾ ਜ਼ਿਆਦਾ ਹੈ। ਬਿਲਕੁਲ ਬਿਲਕੁਲ ਜਵਾਬ ਦੇਣੇ ਸਰ, ਜ਼ਿਲ੍ਹੇ ਕਤਲੋ ਗਾਰਤ ਔਰ ਇਹ ਕੰਪੀਟੀਸ਼ਨ। ਅੱਛਾ ਜੀ, ਕਤਲੋ ਗਾਰਤ ਦੀ ਗੱਲ ਇਹ ਨਾ, ਇਹ ਲਾਹੌਰ ਵੀ ਰਹੇ ਆ 2-3 ਸਾਲ, ਜਿਹੜੇ ਬੰਦੇ ਨੇ ਦੱਸਣਾ ਨਾ ਕਿ ਮੰਡੀਓ ਆ, ਉਹ ਸਾਖਣਾ ਬਈ ਉੱਥੇ ਤੇ ਬੜੇ ਕੰਮ ਹੁੰਦੇ ਨੇ, ਲੜਾਈ ਮਿਆਣਾ ਗੋਂਦਲ ਦੇ ਕੋ ਬੰਦੇ ਨੂੰ ਉਹਨਾਂ ਕਤਲ ਕੀਤੇ ਆ, ਤੇ ਕਛਿਮੋ ਦੇ ਨੋ, ਤੇ ਕੋਈ ਮੀਆਂ ਰਾਂਝੇ ਦੇ ਨੋ, ਤੇ ਜਾਂ ਐ ਮੁੰਗੇ ਦੇ ਨੋ, ਤੇ ਉੱਥੇ ਤੇ ਬਈ ਬੜੀ ਇਹ ਵਾਲਾ ਕਤਲੋ ਗਾਰਤ ਵਾਲਾ ਕੰਮ ਹੈ। ਪਤਾ ਨੀ ਅਸਾਂ ਅਸਾਂ ਵੇਖਿਆ ਹੁੰਦਾ, ਦੂਜੇ ਜ਼ਿਲ੍ਹੇ ਵਾਲੇ ਬੰਦਿਆਂ ਵੀ ਵੇਖਿਆ ਹੁੰਦਾ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹ ਵਾਲਾ ਕੇਸ ਕੋਈ ਬੰਦਾ ਹੈ ਕਤਲ ਹੈ, ਉਹ ਮੰਡੀ ਦਾ ਹੀ ਨਾਂ ਉਹਦੇ ਨਾਲ ਜੁੜਦਾ। ਹੁਣ ਜਿਹੜਾ ਪੰਜਾਬ ਵਿੱਚ ਮੰਡੀ ਵਿੱਚ ਉਹ ਵੇਖੋ ਨਾ, ਗੁਜਰਾਤ ਵੀ ਹੈ ਲੇਕਿਨ ਗੁਜਰਾਤ ਵਾਲਾ ਕੰਮ ਹੁਣ ਮੁੱਕ ਗਿਆ, ਵਾਲਾ ਕੰਮ ਕੋਈ ਨੀ ਰਿਹਾ, ਮੱਠਾ ਹੋ ਗਿਆ, ਚੰਗਾ ਬੜਾ ਮੱਠਾ ਹੋ ਗਿਆ, ਤੇ ਲੇਕਿਨ ਮੰਡੀ ਮੰਡੀ ਬਹੁਤ ਜ਼ਿਆਦਾ ਉਸ ਕੰਮ ਵਿੱਚ ਨਾ ਅਗਾਂਹ ਨਿਕਲ ਆਇਆ। ਤੇ ਉਹਦਾ ਤਰੀਕਾਕਾਰ ਸਰ ਜੀ ਇਹ ਹੀ ਕਿ ਜਿਸ ਟਾਈਮ ਤੱਕ ਬੰਦਿਆਂ ਨੂੰ ਸ਼ੌਰ ਕੋਈ ਨੀ ਆਉਣਾ, ਤਾਲੀਮ ਕੋਈ ਨੀ ਆਉਣੀ, ਆਪਣੇ ਵਿੱਚੋਂ ਮੈਂ ਮੁਕਾਣੀ ਤੇ ਸਬਰ ਨਹੀਂ ਲਿਆਉਣਾ, ਤੇ ਉਸ ਟਾਈਮ ਤੱਕ ਕਾਮਯਾਬ ਨਹੀਂ ਅਸੀਂ ਹੋ ਸਕਦੇ। ਹੁਣ ਜਿਹੜਾ ਬੰਦਾ ਉੱਠਦਾ ਉਹ ਆਖਦਾ ਕਿ DPO ਨਹੀਂ ਕੀਤਾ, DPO DSP ਇਹ ਕੰਮ ਨਹੀਂ ਕੀਤਾ, ਭਾਈ ਜੀ ਤੁਸੀਂ ਆਪ ਠੀਕ ਹੋ, DPO DCO ਠੀਕ ਹੋ, ਚਲੋ ਨਾ ਮੈਂ ਇੱਥੇ ਐਂਡ ਤੇ ਇੱਕ ਆਪਣੀ ਬੜੀ ਗੱਲ ਕਰਾਂ। ਬਾ ਅੱਜ ਕੱਲ ਨਾ ਇੱਕ ਹੋਰ ਟ੍ਰੈਂਡ ਵੀ ਚੱਲ ਗਿਆ ਕਿ ਇੱਕ ਬੰਦਾ ਕੋਈ ਵੀ ਇੱਕ ਰਫਾਈ ਫਾਊਂਡੇਸ਼ਨ ਬਣਾਉਂਦਾ ਨਾ ਕਿਸੇ ਵੀ ਇੱਕ ਭਲਾਈ ਦੇ ਕੰਮ ਦੀ ਆਪਣੇ ਪਿੰਡ 'ਚੋਂ, ਤੇ ਬਜਾਏ ਇਸ ਦੇ ਕਿ ਉਹਦੀ ਅੱਛੀ ਕਾਜ਼ ਸਮਝ ਕੇ ਉਸਨੂੰ ਸਪੋਰਟ ਕੀਤਾ ਜਾਵੇ, ਉਹਦੇ ਨਾਲ ਲੱਗਿਆ ਜਾਵੇ, ਸਾਡੇ ਮਨੇ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਗਿਆ ਬਾ, ਜਿੱਥੇ ਸੋਚਦੇ ਹਾਂ ਬਾ ਸ਼ਰੀਕਾਂ ਦਾ ਬੰਦਾ ਜਾਂ ਫਲਾਣਾ ਬੰਦਾ ਇਸੇ ਬਣਾਈਏ, ਮੈਂ ਹੁਣੇ ਸਪੋਰਟ ਨਹੀਂ ਕਰਨਾ, ਅਸਾਂ ਆਪਣੀ ਨਵੀਂ ਬਣਾਉਣੀ। ਹਰ ਬੰਦੇ ਦੀ ਆਪਣੀ ਤਨਜ਼ੀਮ ਬਣਦੀ ਪਈ ਆਪਣੀ, ਤੇ ਉਹ ਪਹਿਲੀ ਵੀ ਉੱਥੇ ਖਲੋ ਜਾਂਦੀ, ਦੂਜੀ ਵੀ, ਬਜਾਏ ਇਸ ਦੇ ਕਿ ਰਲ ਕੇ ਇੱਕ ਕਮੇਟੀ ਬਣ ਕੇ ਇੱਕ ਟੀਮ ਬਣ ਕੇ ਇੱਕ ਯੂਨਿਟੀ ਨਾਲ ਉਹ ਪਿੰਡ ਦੀ ਭਲਾਈ ਦਾ ਕੰਮ ਕਰਨ, ਉਲਟਾ ਉਹ ਕੰਪੀਟੀਸ਼ਨ ਤੇ ਹੁੰਦਾ ਕੁਝ ਵੀ ਨਹੀਂ। ਤੇ ਦੂਜੀ ਗੱਲ ਇਹ ਵਾ, ਇੱਕ ਇੱਥੇ ਮਸਾਲੀ ਗਾਉਂ ਹੈ ਖਾਰੀਆਂ ਕੋਲ, ਅਸਲ ਸਾਰੇ ਨਕਲ ਤੇ ਉਸ ਨੂੰ ਕਰਦੇ ਨੇ, ਪਰ ਰਲ ਮਿਲ ਕੇ ਇੱਕ ਆਪਣੇ ਜ਼ਿਆਦਾ ਨਹੀਂ ਕੰਮ ਕੰਮ ਆਪਣੇ ਗਾਉਂ ਦੀ ਆਦਤ ਆ ਕਿ ਸਾਫ਼ ਪਾਣੀ ਚੀਜ਼ਾਂ ਅੱਛੇ ਰਾਹ ਭਲਾਈ ਦੇ ਕੰਮ ਕੀਤੇ ਜਾਣ, ਲੇਕਿਨ ਇਹ ਬਹੁਤ ਕੰਪੀਟੀਸ਼ਨ ਬਣਾ ਕੇ ਮੁਲ ਵਿੱਚ ਮੇਰੇ ਜਿਹਾ ਬੰਦਾ ਵੀ ਫਸ ਜਾਂਦਾ ਹੈ, ਬਹੁਤ ਦੋਵੇਂ ਘਰ ਵਿਹਲੀ ਆਉਂਦੇ ਨੇ ਤੇ ਉਹ ਦੋਵਾਂ ਦੀਆਂ ਤਨਜ਼ੀਮਾਂ ਤੇ ਉਹ ਕਿਤੇ ਕਿਤੇ ਜਾਏ। ਇਸੇ ਚੀਜ਼ ਨੂੰ ਵੇਖਦੇ ਹਾਂ ਥੋੜਾ ਜ਼ਿਲ੍ਹਾ ਲੈਵਲ ਤੇ ਲਿਆ ਕੇ ਕੁਝ ਹੀ ਅਰਸੇ 'ਚ ਤੁਸੀਂ ਵੇਖੋ ਬਾ, ਇੱਕ ਰਾਂਝਾ ਕਮਿਊਨਿਟੀ ਸਾਡੀ ਬਣੀ ਮਾਸ਼ਾਅੱਲਾ, ਬੜੇ ਅੱਛੇ ਉਹਦੇ ਮੁਕਾਸਦ ਲੈ ਕੇ ਬਣੇ, ਗੋਂਦਲ ਇਤਿਹਾਦ ਆ ਗਿਆ, ਹੁਣ ਇਹ ਕਮਨ ਕਮੇਟੀ ਆ ਗਈ, ਉਹਦੀ ਮੈਂ ਗੱਲ ਕਰਨਾ, ਬੜੇ ਉਹਨਾਂ ਦੇ ਅੱਛੇ ਅੱਛੇ ਮੋਟਿਵ ਨੇ ਬਾ ਜ਼ਿਲ੍ਹੇ ਵਿੱਚ, ਕਤਲੋ ਗਾਰਤ ਖਤਮ ਕੀਤੀ ਜਾਏ, ਬੇਗੁਨਾਹ ਕਤਲ ਜਿਹੜੇ ਨੇ ਰਾਜ਼ੀਨਾਮੇ ਕਰਾਏ ਜਾਣ, ਭਾਈਚਾਰੇ ਦੇ ਕੰਮ ਇੱਕ ਦੂਜੇ ਨਾਲ ਮਤਲਬ ਕੀਤੇ ਜਾਣ, ਔਰ ਕਿਸੇ ਦਾ ਕੋਈ ਗਰੀਬ ਦੀ ਦਿਓ ਬਹਿਣ ਕੱਟੀ ਵਿਆਹੀ ਜਾਵੇ, ਫਿਰ ਉਹਦੇ ਮੁਕਾਸਦ ਨੇ, ਬੜੀ ਸੋਹਣੀ ਤੇ ਬੜੀ ਅੱਛੀ ਗੱਲ ਹੈ। ਤੇ ਅਸਾਂ ਇਹੋ ਜੀ ਹਰ ਕਾਜ਼ ਨੂੰ ਮੇਰੇ ਸਮੇਤ ਸਪੋਰਟ ਵੀ ਕਰਨਾ ਚਾਹੀਦੀ, ਉਹਨਾਂ ਦਾ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ, ਪਰ ਮੇਰੀ ਰਿਕੁਐਸਟ ਹੈ ਬਾ ਐਟ ਦੀ ਐਂਡ ਇਹ ਸਾਰੀਆਂ ਕਮੇਟੀਆਂ ਹੈ, ਸਾਰੀਆਂ ਫਾਊਂਡੇਸ਼ਨਾਂ, ਚੁਦਰਾਟ ਪਿੱਛੇ, ਵਡਿਆਈ ਪਿੱਛੇ, ਮੈਂ ਪਿੱਛੇ, ਆਕੜੇ ਪਿੱਛੇ, ਤੇ ਜ਼ਵਾਲ ਦਾ ਸ਼ਿਕਾਰ ਨਾ ਹੋ ਜਾਣ, ਬਸ ਜਿਹੜੀ ਅਸੀਂ ਇਹ ਕਾਜ਼ ਲੈ ਕੇ ਇੱਕ ਨੀਯਤ ਲੈ ਕੇ ਚੱਲੇ ਹਾਂ, ਉਸਨੂੰ ਰਾਹ ਰਾਸ ਤੇ ਮੁੜ ਫੜਾਈਏ, ਜਿਹੜੇ ਮੁੰਡੇ ਜਿਹੜਾ ਕੰਮ ਸ਼ੁਰੂ ਕਰਨ ਹੁਣ ਚਾੜ ਦੇ ਵੀ ਤੋੜ ਨੇ, ਤੇ ਉਮੀਦ ਹੈ ਬਸ ਤੁਸੀਂ ਸਾਰੇ ਭਰਾ ਜਿਹੜੇ ਉਹ ਪਿਆਰ ਮੁਹੱਬਤ ਨਾਲ
ਅਗਾਂ ਸਿੱਧਾ ਆਪਣੇ ਟਾਰਗੇਟ ਤੇ ਰੱਸੋ, ਨਾ ਕਿ ਇੱਕੀ ਦੂਜੇ ਨਾਲ ਟਸਲ ਕਰਕੇ ਜਾਂ ਇੱਕੀ ਦੂਜੇ ਨਿੱਕਾ ਵਿਖਾਉਣਾ ਸ਼ੁਰੂ ਕਰਨੇ ਦੇ ਚੱਕਰਾਂ 'ਚ। ਅਸਲ ਕੰਮ ਤੋਂ ਵੀ ਜਾਓ ਤੇ ਉਲਟਾ ਮਾਸ਼ਰੇ ਦਾ ਤੇ ਜ਼ਿਲ੍ਹੇ ਦਾ ਮਾਹੌਲ ਹੋਰ ਖਰਾਬ ਹੋ ਜਾਏ। ਐਂਡ ਉੱਤੇ ਆਖਸਾਂ, ਹੱਸਦੇ ਰਹੋ, ਵਸਦੇ ਰਹੋ ਤੇ ਉੱਚੀਆਂ ਟਾਲਾਂ 'ਚ ਰਹੋ ਤੇ ਬੜੀ ਮਿਹਰਬਾਨੀ, ਇਨਸ਼ਾਅੱਲਾ ਤਾਲਾ ਅਗਲੇ ਹਫ਼ਤੇ ਇੱਕ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗੇ। ਤਬ ਤੱਕ ਇਜਾਜ਼ਤ, ਅੱਲਾ ਹਾਫਿਜ਼, ਥੈਂਕ ਯੂ।